ਜਦੋਂ ਪੰਜਾਬ ਛੱਡ ਕੇ ਗਰੀਬ ਨਿਵਾਸ ਤੇ ਪਾਤਸ਼ਾਹ ਜੀ ਦੇ ਲਾਲ ਸ਼ੰਭਾਂ ਵਿੱਚ ਚਲੇ ਗਏ, ਪਰ ਅੱਜ ਫੇਰ ਸ਼ੰਭਾਂ ਵਿੱਚ ਘੱਲਣ ਵਾਲੇ ਲੋਕਾਂ ਦਾ ਨਾਸ਼ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਾਲਸੇ ਨੇ ਕਰ ਦਿੱਤਾ ਤੇ ਖਾਲਸਾ ਉਸੇ ਤਰ੍ਹਾਂ ਹੀ ਵੱਸਦਾ ਹੈ ਅੱਜ ਪੰਜਾਬ ਦੇ ਵਿੱਚ। ਤੇ ਅੱਜ ਜਿਹਨਾਂ ਨੇ ਇਹ ਬੀੜਾ ਚੁੱਕਿਆ ਕਿ ਸਿੱਖਾਂ ਨੂੰ ਖਤਮ ਕਰਨਾ, ਇਹ ਵੀ ਪੰਜਾਬ ਵਿੱਚੋਂ ਤੇ ਦੇਸ਼ ਵਿੱਚੋਂ ਖਤਮ ਹੋ ਜਾਣਗੇ, ਖਾਲਸੇ ਦੇ ਝੰਡੇ ਐਸੇ ਤਰ੍ਹਾਂ ਹੀ ਝੁਲਦੇ ਰਹਿਣਗੇ। ਪਰ ਗੁਰੂਆਂ ਪੀਰਾਂ ਸੂਰਮਿਆਂ ਤੇ ਯੋਧਿਆਂ ਨੂੰ ਜਨਮ ਦੇਣ ਵਾਲੀ ਉਹ ਪੰਜਾਬ ਦੀ ਧਰਤੀ ਅੱਜ ਕੁਰਲਾ ਕੇ ਕਹਿ ਰਹੀ ਹੈ ਕਿ ਐ ਦਿੱਲੀਏ, ਤੂੰ ਬੜੇ ਜ਼ੁਲਮ ਗੁਜ਼ਾਰੇ ਨੇ, ਹੋਰ ਜ਼ੁਲਮ ਤੂੰ ਨਾ ਗੁਜ਼ਾਰ, ਤੈਨੂੰ ਇਹ ਭਾਜੀ ਜਿਹੜੀ ਚਾੜੀ ਹੋਈ ਹੈ ਮਹਿੰਗੀ ਪਵੇਗੀ। ਪੰਜਾਬ ਦੀ ਧਰਤੀ ਰੋ ਰੋ ਕੇ ਕਿਵੇਂ ਕਹਿ ਰਹੀ ਹੈ, ਪੁਕਾਰ ਕਰ ਰਹੀ ਹੈ ਅਕਾਲ ਪੁਰਖ ਅੱਗੇ, ਤੇ ਦਿੱਲੀ ਨੂੰ ਤਾਨਾ ਮਾਰ ਰਹੀ ਉਸ ਵੇਲੇ ਦੀਆਂ ਚੰਦ ਲੈਣਾ, ਦਰਦ ਭਰੀਆਂ ਲੈਣਾ। ਆਪ ਜੀ ਦੇ ਸਾਹਮਣੇ ਇਉਂ ਬੇਨਤੀ ਕੀਤੀ ਜਾ ਰਹੀ ਹੈ, ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰ ਨਿਕਲੋ ਲੈ, ਹੱਥ ਧਰ ਕੇ ਗਾਲ ਜੇ ਤੇ ਮੈਂ ਤਾਂ ਦਿਲ ਦੇ ਬਰ ਕੇ remains under army control. Its borders with neighboring states are closed. Armed troops and police man checkpoints on every road in. But the block stop people leaving as well as entering. ਮਾਰਨਾ ਲੋੜੇ ਡੁੱਬ ਜਾਵੇਗਾ।
As the first pictures came in from Amritsar showing wounded soldiers in hospital, there were reports from the doctor who'd been taken to Amritsar to help with the casualties that the Sikh who died had been shot in the head at point-blank range with a single shot from a machine gun after their turbans had been removed to tie their hands behind their back.